ਚਲੇਗੀ ਨਹੀਂ 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 ਚਲੇਗੀ ਜਿੰਦਾਬਾਦ। ਅੰਮ੍ਰਿਤਸਰ 'ਚ ਜ਼ੋਮੈਟੋ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਨੀ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਕੰਪਨੀ ਵੱਲੋਂ ਦਿਨ ਬ ਦਿਨ ਉਹਨਾਂ ਦੇ ਪੈਸੇ ਘੱਟ ਕੀਤੇ ਜਾ ਰਹੇ ਹਨ, ਜਦਕਿ ਕੰਪਨੀ ਆਪਣਾ ਪ੍ਰੋਫਿਟ ਵਧਾ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਮੁਲਾਜ਼ਮਾਂ ਨੂੰ ਕੰਪਨੀ 35 ਰੁਪਏ ਡਿਲੀਵਰੀ ਦੇ ਦਿੰਦੀ ਸੀ, ਪਰ ਹੁਣ ਸਿਰਫ 20 ਰੁਪਏ ਕਰ ਦਿੱਤੇ ਗਏ ਹਨ, ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਨਾਮੁਮਕਿਨ ਹੋ ਗਿਆ। ਹਾਂਜੀ ਸਰ, ਮੇਰਾ ਨਾਮ ਹਰਦੀਪ ਸਿੰਘ ਹੈ, ਮੈਂ ਜ਼ੋਮੈਟੋ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਵਾਂ। ਸਰ, ਕੰਪਨੀ ਜਦੋਂ ਸ਼ੁਰੂ ਤੋਂ ਆਈ ਸੀ, ਮਰਚੰਟ ਦੇ ਕੋਲ ਇਹ ਸਿਰਫ 10-15% ਕਮਿਸ਼ਨ ਲੈਂਦੀ ਸੀ, ਪਰ ਅੱਜ ਇਹ ਮਰਚੰਟ ਦੇ ਕੋਲ 25-25% ਲੈ ਜਾ ਰਹੀ ਆ, ਉਹਨਾਂ ਦੇ ਕੋਲ ਵਧਾਈ ਜਾ ਰਹੀ ਆ, ਪਰ ਸਾਨੂੰ ਪੈਸੇ ਘਟਾਈ ਜਾ ਰਹੀ ਆ। ਸਰ, ਸਾਨੂੰ ਪਹਿਲਾਂ ਤਾਂ 35 ਸੀ, ਉਸ ਤੋਂ ਬਾਅਦ 30 ਕੀਤੇ ਆ, ਹੁਣ ਕਹਿ ਰਹੇ ਆ ਵੀ ਤੁਹਾਨੂੰ 20 ਦੇਣੇ ਹੈਗੇ। ਰੇਟਿੰਗ ਇੰਸੈਂਟਿਵ ਆ, ਕੋਈ ਦਿੰਦਾ ਵਾ, ਕੋਈ ਵੀ ਨਹੀਂ ਵੀ ਦਿੰਦਾ। ਦੂਜੀ ਗੱਲ ਸਰ, ਸਾਡੇ 3-4 ਮਹੀਨਿਆਂ ਦੇ ਵਿੱਚ ਸਾਡਾ ਮੋਟਰਸਾਈਕਲ ਦਾ ਇੰਜਨ ਬਹਿ ਜਾਂਦਾ, ਉਹਦਾ ਸਾਨੂੰ ਖਰਚਾ ਕੋਈ ਨਹੀਂ ਮਿਲਦਾ। ਹੁਣ ਸਾਡੇ ਕਿਸੇ ਦੇ ਸੱਟ ਪੇਟ ਲੱਗਦੀ ਆ, ਉਹਦੇ ਵਿੱਚ ਵੀ ਸਾਡਾ ਕੋਈ ਸੁਣਵਾਈ ਨਹੀਂ ਹੁੰਦੀ। ਹਾਂਜੀ ਸਰ, ਸਾਡੀ ਕੋਈ ਮੰਗ ਨਹੀਂ ਪੂਰੀ ਹੋ ਰਹੀ। ਅਸੀਂ ਇਹੋ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੀਆਂ ਵੀ ਮੰਗਾਂ ਵਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ, ਸਾਰੇ ਰਾਈਡਰ ਕੰਮ ਕਰਨ। ਦੂਜਾ ਸਰ, ਜਿੰਨੇ ਵੀ ਕਸਟਮਰ ਆ, ਕਿਸੇ ਨਾਲ ਕਸਟਮਰ ਜਿੰਨੇ ਆ ਵੀ ਸਹੀ ਵਰਤਾਓ ਨਹੀਂ ਕਰਦੇ। ਥੋੜ੍ਹੀ ਜਿਹੀ ਕਿਤੇ ਟ੍ਰੈਫਿਕ ਦੇ ਵਿੱਚ ਲੇਟ ਹੋ ਜਾਈਏ ਨਾ, ਅਤੇ ਕਈ ਗਾਲਾਂ ਕੱਢਣ ਦੇ ਪੈਂਦੇ ਆ, ਕਈ ਕੁਛ ਕਹਿੰਦੇ ਆ, ਕਈ ਕੁਛ ਕਹਿੰਦੇ ਆ। ਇਹ ਸਰ, ਜਿੰਨਾ ਚਿਰ ਸਾਡਾ ਸਲਿਊਸ਼ਨ ਹੱਲ ਨਹੀਂ ਹੁੰਦਾ, ਉਨਾ ਚਿਰ ਅਸੀਂ ਐਵੇਂ ਹੀ ਰਹਾਂਗੇ। ਮੈਂ ਜੀ ਮਨਦੀਪ ਸਿੰਘ, ਲੋਕ ਇਨਸਾਫ਼ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ। ਅੱਜ ਸਵੇਰੇ ਇਹਨਾਂ ਨੇ ਬੱਚਿਆਂ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਜੀ ਭਾਅ ਜੀ ਸਾਡਾ ਆਹ ਵਾਲਾ ਹੀ ਧੱਕਾ ਹੋ ਰਿਹਾ ਵਾ ਜੀ। ਮੈਂ ਇੱਥੇ ਆ ਕੇ ਵੇਖਿਆ, ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਸੋ ਵੀ ਕਾਫੀ ਸੀਰੀਅਸ ਮੈਟਰ ਹੈਗਾ ਜੀ। ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅੱਗੇ ਇੰਨੀ ਜ਼ਿਆਦਾ ਵਾ, ਕੰਮ ਕਾਰ ਹੈ ਨਹੀਂ ਗੇ, ਅਗਰ ਕਿਤੇ ਮਾੜੀ ਮੋਟੀ ਕੰਮ ਦੀ ਉਮੀਦ ਹੈਗੀ ਆ, ਅਤੇ ਇਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਇਹਨਾਂ ਨੂੰ ਨਾ ਹੀ ਦਬਾਇਆ ਜਾ ਰਿਹਾ ਵਾ। ਪਹਿਲਾਂ ਨਾ ਹੀ ਕੰਪਨੀ ਇਹਨਾਂ ਨੂੰ 35 ਰੁਪਏ ਰੇਟ ਦਿੰਦੀ ਸੀਗੀ, 35 ਰੁਪਏ ਤੋਂ ਕੀਤਾ 30 ਰੁਪਏ ਕੀਤਾ, 30 ਤੋਂ ਹੁਣ ਕਹਿੰਦੇ ਜੀ 20 ਰੁਪਏ ਦਿਆਂਗੇ ਜੀ। ਸਾਡੇ ਕੋਲ ਨਾ ਹੀ ਬਹੁਤ ਜਨਤਾ ਕੰਮ ਕਰਨ ਵਾਸਤੇ ਗਈ ਆ, ਜ਼ੋਮੈਟੋ ਵਾਲੇ ਜੀ। ਮੇਰੀ ਨਾ ਜੀ DC ਸਾਹਿਬ ਨੂੰ ਇਹਦੀ ਮੰਗ ਹੈਗੀ ਆ ਵੀ ਸਾਡੇ ਬੱਚਿਆਂ ਦਾ ਜਿਹੜਾ ਮਜਬੂਰੀ ਦਾ ਜਿਹੜਾ ਹਨਨ ਹੋ ਰਿਹਾ ਵਾ, ਅੱਗੇ ਆ ਕੇ ਇਹਨਾਂ ਦੀਆਂ ਮੰਗਾਂ ਸੁਣੀਆਂ ਜਾਣ, ਅਤੇ ਜਿਹੜੀ ਉਹ ਵਾਲੀ ਕੰਪਨੀ ਧੱਕੇਸ਼ਾਹੀ ਕਰਦੀ ਪਈ ਆ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।